ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਰਜਿੰਦਰ ਕੌਰ ਮਾਂਗਲ, ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਇੰਡੋਜ਼ ਟੀਵੀ ਅਪਡੇਟ ਦੇ ਵਿੱਚ ਅਸੀਂ ਇੱਕ ਮੁੱਦੇ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ, ਜੋ ਕਿ ਗੰਭੀਰ ਮੁੱਦਾ ਹੈ। ਚਰਚਾ ਕਰਨ ਤੋਂ ਪਹਿਲਾਂ ਅਸੀਂ ਇਹ ਦੱਸ ਦਈਏ ਕਿ ਸਾਡਾ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਬਲਕਿ ਉਸ ਮੁੱਦੇ ਦੇ ਉੱਤੇ ਚਰਚਾ ਕਰਕੇ ਕਿਸੇ ਚੀਜ਼ ਦਾ ਹੱਲ ਲੱਭਣ ਤੋਂ ਹੈ। ਸੋ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਦਲਜੀਤ ਸਿੰਘ ਜੀ, ਜੋ ਕਿ ਸੋਸ਼ਲ ਐਕਟਿਵਿਸਟ ਨੇ, ਤੇ ਨਾਲ ਹੀ ਬੈਠੇ ਨੇ ਜੀ ਰਸ਼ਪਾਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ, ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਸਾਡੇ ਇੰਡੋਜ਼ ਟੀਵੀ ਦੇ ਉੱਤੇ। ਤੇ ਅੱਜ ਦਾ ਮੁੱਦਾ ਜੀ, ਜੋ ਕਿ ਤੁਸੀਂ ਦੇਖਿਆ ਹੋਣਾ ਚਰਚਾਵਾਂ ਦੇ ਵਿੱਚ, ਹੈ ਕਿ ਤਰਨ ਤਾਰਨ ਦੇ ਵਿੱਚ ਜੋ ਘਟਨਾ ਵਾਪਰੀ ਹੈ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਦੇ ਉੱਤੇ ਜੋ ਨਗਰ ਕੀਰਤਨ ਜਾ ਰਿਹਾ ਸੀ ਟਰਾਲੀ ਦੇ ਵਿੱਚ, ਤੇ ਉਹਦੇ ਵਿੱਚ ਜਿਹੜੀ ਨਗਰ ਕੀਰਤਨ ਦੇ ਨਾਲ ਟਰਾਲੀ ਜਾ ਰਹੀ ਸੀ, ਕਹਿੰਦੇ ਉਹਦੇ ਵਿੱਚ ਬਰੂਦ ਰੱਖਿਆ ਹੋਇਆ ਸੀਗਾ, ਤੇ ਉਹ ਬਰੂਦ ਕਿਸੇ ਦੀ ਅਣਗਹਿਲੀ ਕਰਕੇ ਫਟ ਗਿਆ ਤੇ 3 ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਉਸ ਬਰੂਦ ਦੇ ਨਾਲ 1 ਬੱਚੇ ਦੇ ਤਾਂ ਚਿਥੜੇ ਚਿਥੜੇ ਉੱਡ ਗਏ। ਤੇ ਇਸ ਘਟਨਾ ਦੇ ਉੱਤੇ ਆਪਾਂ ਇਹਨੂੰ ਮੰਦਭਾਗੀ ਘਟਨਾ ਕਹਿ ਸਕਦੇ ਹਾਂ, ਤੇ ਦਲਜੀਤ ਜੀ, ਤੁਸੀਂ ਇਸ ਘਟਨਾ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਬਹੁਤ ਮੰਦਭਾਗੀ ਘਟਨਾ, ਪਰ ਇਹ ਆ ਕਿ ਅਸੀਂ ਚਾਹੇ ਪੰਜਾਬੀ ਜਾਂ ਉਸ ਖਿੱਤੇ 'ਚ ਰਹਿਣ ਵਾਲੇ ਲੋਕ, ਚਾਹੇ ਉਹ ਭਾਰਤੀ ਹੋਣ, ਚਾਹੇ ਬੰਗਲਾਦੇਸ਼ੀ ਹੋਣ, ਅਫਗਾਨਿਸਤਾਨ ਤੱਕ, ਪਾਕਿਸਤਾਨ ਤੱਕ, ਅਸੀਂ ਕਿਸੇ ਵੀ ਘਟਨਾ ਤੋਂ ਸਬਕ ਨਹੀਂ ਸਿੱਖਦੇ। 2016 ਦੇ ਵਿੱਚ ਇਹੋ ਜਿਹਾ ਬਿਲਕੁਲ ਕਾਂਡ ਹੋਇਆ ਸੀ ਕੇਰਲਾ ਦੇ ਵਿੱਚ, ਉਹ 'ਚ 111 ਬੰਦੇ ਮਰੇ ਸੀ। ਉੱਥੇ ਮੰਦਰ ਦੇ ਵਿੱਚ ਇੱਦਾਂ ਹੀ ਰੱਖਿਆ ਹੋਇਆ ਸੀ, ਜਿੱਦਾਂ ਤੁਸੀਂ ਬਰੂਦ ਦਾ ਨਾਂ ਲਿਆ, ਕਿ ਧਮਾਕਾ ਖੇਜ ਆਪਾਂ ਸਮੱਗਰੀ ਕਹਿ ਸਕਦੇ ਹਾਂ, ਕਿ ਪਟਾਕੇ ਜਿਹੜੇ ਆ ਤੁਸੀਂ ਫੈਕਟਰੀ ਤੋਂ ਨਹੀਂ ਲੈਂਦੇ, ਤੁਸੀਂ ਜਿਹੜਾ ਆ ਉਹ ਵੱਖਰਾ ਪੋਟਾਸ਼ ਜਿਹੜਾ ਆ ਲੈ ਲੈਂਦੇ ਆ, ਪੋਟਾਸ਼ੀਅਮ ਨਾਈਟ੍ਰੇਟ, ਅਤੇ ਉਹ ਜਿਹੜਾ ਫਟ ਜਾਂਦਾ। ਫਿਰ ਆ ਬਟਾਲੇ ਵਾਲੀ ਫੈਕਟਰੀ ਅਜੇ ਪਿਛਲੇ ਸਾਲ ਅਜੇ ਥੋੜ੍ਹੇ ਮਹੀਨੇ ਹੋਏ ਆ, ਸਤੰਬਰ 2019 ਦੇ ਵਿੱਚ ਉਹ ਘਟਨਾ ਹੋਈ, ਉਹ ਤੋਂ ਵੀ ਅਸੀਂ ਸਾਬਕ ਨਹੀਂ ਸਿੱਖਿਆ। ਸਾਡਾ ਇਹ ਬਹੁਤ ਵਧੀਆ ਇਹ ਤੁਹਾਡਾ ਉਪਰਾਲਾ ਆ ਕਿ ਜਿਹੜੀ ਅੱਜ ਸਾਡੀ ਗੱਲਬਾਤ ਇਹ ਹੋ ਰਹੀ ਆ, ਇਹ ਤੋਂ ਕਾਫੀ ਕੁਛ ਅਸੀਂ ਸਿੱਖ ਸਕਦੇ ਹਾਂ ਕਿ ਅਸੀਂ ਇਹੋ ਜਿਹੀ ਚਰਚਾ ਕਰੀਏ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਵਾਰ ਵਾਰ ਨਾ ਵਾਪਰਨ। ਪਰ ਫਿਰ ਵੀ ਜਿਹੜਾ ਘਾਟਾ ਆ ਬੱਚਿਆਂ ਦਾ, ਜਿਹੜਾ ਪਰਿਵਾਰ ਨੂੰ ਪਿਆ, ਉਹਦੇ ਲਈ ਬਹੁਤ ਸਾਡੀ ਹਮਦਰਦੀ ਆ। ਬੜੀ ਇੱਕ ਦੁੱਖਦਾਈ ਜਿਹੜੀ ਘਟਨਾ ਆ, ਕਾਫੀ ਹਿਰਦੇ ਬਲੂੰਦਣ ਵਾਲੀ ਆ ਜੀ। ਰਸ਼ਪਾਲ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਇਸ ਘਟਨਾ ਦੇ ਲੈ ਕੇ ਜਿਹੜੀ ਟਰਾਲੀ ਦੇ ਵਿੱਚ ਬਰੂਦ ਰੱਖਿਆ ਹੋਇਆ ਸੀ, ਤੇ ਨਾਲ ਹੀ ਜੋ ਬੱਚੇ ਉਸ ਟਰੈਕਟਰ ਦੇ ਉੱਤੇ ਜਾਂ ਟਰਾਲੀ ਦੇ ਵਿੱਚ ਬੈਠੇ ਸਨ, ਉਹਨਾਂ ਦੀ ਉਮਰ ਲਗਭਗ 15 ਤੋਂ 30 ਸਾਲ ਦੇ ਵਿੱਚ ਦੱਸੀ ਜਾਂਦੀ ਹੈ। ਕਿ ਅੱਜ ਕੱਲ੍ਹ ਦੀ ਪੀੜ੍ਹੀ ਜੋ ਸਾਡੀ ਜਾ ਰਹੀ ਹੈ, ਕਿ ਸਮਾਜ ਨੂੰ ਕੀ ਸੇਧ ਦੇ ਰਹੇ ਹੈ? ਸਭ ਤੋਂ ਪਹਿਲਾਂ ਤਾਂ ਹਰਜਿੰਦਰ ਜੀ, ਮੈਂ ਆਪਣੇ ਵੱਲੋਂ ਜਿਹੜੇ ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਮੈਂ ਹਮਦਰਦੀ ਜ਼ਾਹਰ ਕਰਦਾ, ਕਿਉਂ ਉਹਨਾਂ ਵਾਸਤੇ ਬਹੁਤ ਵੱਡਾ ਸਦਮਾ ਕਿ ਯੰਗ ਉਮਰ ਦੇ ਵਿੱਚ ਉਹ ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ। ਜਿਹੜੀ ਗੱਲ ਤੁਸੀਂ ਹਰਜਿੰਦਰ ਜੀ ਕੀਤੀ ਆ ਕਿ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਟਾਕੇ ਚੱਲਦੇ ਨੇ, ਪਰ ਇੱਧਰ ਹਾਦਸੇ ਨਹੀਂ ਹੁੰਦੇ, ਪਰ ਸਾਡੇ ਮੁਲਕਾਂ ਵਿੱਚ ਕਿਉਂ? ਇਹ ਸਭ ਟ੍ਰੇਨਿੰਗ ਦਾ ਕਰਕੇ ਆ। ਜਿਸ ਕੰਮ ਨੂੰ ਅਸੀਂ ਕਰਨਾ ਹੋਵੇ, ਉਹਦੀ ਟ੍ਰੇਨਿੰਗ ਲੈਣਾ ਬੜਾ ਜ਼ਰੂਰੀ ਆ। ਇਹਨਾਂ ਮੁਲਕਾਂ ਦੇ ਵਿੱਚ ਜੋ ਫਾਇਰਵਰਕਸ ਕਰਦੇ ਨੇ, ਉਹ ਟੈਕਨੀਕਸ ਜੋ ਕਰਦੇ ਨੇ ਨਾ, ਉਹਨਾਂ ਨੂੰ ਪੂਰੀ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ। ਇਹੀ ਵਜ੍ਹਾ ਕਿ ਬਾਹਰਲੇ ਮੁਲਕਾਂ ਵਿੱਚ ਕਦੀ ਆਪਾਂ ਇੱਦਾਂ ਦਾ ਹਾਦਸਾ ਨਹੀਂ ਸੁਣਿਆ, ਪਰ ਇੰਡੀਅਨ ਸਬ ਕੌਂਟੀਨੈਂਟ ਜਾਂ ਸਾਊਥ ਈਸਟ ਏਸ਼ੀਆ ਦੇ ਵਿੱਚ ਇਹੋ ਜਿਹੇ ਹਾਦਸੇ ਹਮੇਸ਼ਾ ਹੁੰਦੇ ਰਹਿੰਦੇ ਨੇ, ਕਿਉਂਕਿ 1, ਜੋ ਇਹ ਕੰਮ ਕਰਦੇ ਨੇ ਉਹ ਟ੍ਰੇਨਡ ਨਹੀਂ ਹੁੰਦੇ। ਜਿਹੜਾ ਕਿਹੜਾ ਵੀ ਲਾਗੇ ਹੁੰਦਾ, ਅਸੀਂ ਆਵਾਜ਼ ਮਾਰ ਕੇ ਉਹਨੂੰ ਲੈ ਆਈਦਾ, ਲੈ ਵੀ ਆਹ ਤੇਰੀ ਜ਼ਿੰਮੇਵਾਰੀ, ਆਹ ਕੰਮ ਤੂੰ ਕਰ ਜੀ। ਪਰ ਜਦੋਂ ਇਹ ਹਾਦਸਾ ਹੋ ਜਾਂਦਾ, 2-4 ਦਿਨ ਪ੍ਰੈਸ ਦੀ ਸਰਕਾਰਾਂ ਦੀ ਨਾਲ ਸਹਿਮਤੀ ਰਹਿੰਦੀ ਆ, 2-4 ਦਿਨਾਂ ਬਾਅਦ ਅਸੀਂ ਫਿਰ ਭੁੱਲ ਜਾਈਦਾ, ਫਿਰ ਵੀ ਸਾਨੂੰ ਚੇਤਾ ਰਹਿੰਦਾ ਵਿੱਚ ਟ੍ਰੇਨਿੰਗ ਕਰਨੀ ਚਾਹੀਦੀ ਕਿ ਅੱਗੋਂ ਵਾਸਤੇ ਇਹੋ ਜਿਹਾ ਕੰਮ ਨਾ ਹੋਵੇ ਜੀ, ਪਰ ਅਸੀਂ ਭੁੱਲ ਜਾਂਦੇ ਹਾਂ ਜੀ। ਸੋ ਇਹ ਬੜਾ ਜ਼ਰੂਰੀ ਆ ਕਿ ਅਸੀਂ ਜੇ ਕੋਈ ਹਾਦਸਾ ਹੋਇਆ, ਪਹਿਲਾਂ ਤਾਂ ਹੋਣਾ ਨਹੀਂ ਚਾਹੀਦਾ, ਪਰ ਜੇ ਹੋਇਆ ਆ ਉਹ ਤੋਂ ਲੈਸਨ ਲਈਏ, ਤਾਂ ਕਿ ਅੱਗੇ ਵਾਸਤੇ ਇਹੋ ਜਿਹੀ ਮੰਦਭਾਗੀ ਕੋਈ ਘਟਨਾ ਨਾ ਵਾਪਰੇ ਜੀ। ਦਲਜੀਤ ਜੀ, ਗੁਰਬਾਣੀ ਦੇ ਵਿੱਚ ਜੇਕਰ ਆਪਾਂ ਝਾਤ ਮਾਰੀਏ, ਜੇਕਰ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਅਧਿਐਨ ਕਰੀਏ, ਤਾਂ ਉੱਥੇ ਕਿਤੇ ਨਹੀਂ ਲਿਖਿਆ ਕਿ ਗੁਰੂਆਂ ਨੂੰ, ਗੁਰੂ ਸਾਹਿਬਾਨਾਂ ਨੂੰ ਇਸ ਚੀਜ਼ ਨਾਲ ਖੁਸ਼ੀ ਮਿਲਦੀ ਹੋਵੇ ਕਿ ਹੱਲਾ ਜੁੱਲਾ ਕਰੋ, ਬੰਬ ਪਟਾਕੇ ਚਲਾਓ, ਉਸ ਨਾਲ ਉਹਨਾਂ ਦੀ ਵਡਿਆਈ ਹੁੰਦੀ ਆ। ਇਹ ਕਿਧਰੇ ਵੀ ਲਿਖਿਆ ਹੋਇਆ ਨਹੀਂ ਮਿਲਿਆ ਹੈਗਾ। ਅਤੇ ਜੇਕਰ ਅੱਗੇ ਵਧੀਆ ਹੋਰ ਗੱਲ ਕਰੀਏ ਕਿ ਸਰਕਾਰਾਂ ਦੀ,
सरकार जब भी कोई यहोजी मंदभागी घटना वापरती है एक पैकेज ऐलान दिंदियां ने कि हाँ चलो इस परिवार को इन्ना मुआवजा दिता जाता उस परिवार को इन्ना मुआवजा दिता जाता पर जिहड़ियां जानां चले गईयां वह वापस कदे भी नहीं मुड़दियां। तो नंबर दो यह है कि उन्हां पैकेजेस नूं जो ऐलान करदे ने उन्हां दी बजाए जे ये पुख्ता प्रबंध कर लैन कि अगे अनसुखामी घटना ना वापरे इहो जी स्कीम चलाने लई तुहाडा तुहाडा की विचार है? ਜਿੱਦਾਂ ਤੁਸੀਂ ਗੱਲ ਕੀਤੀ ਵੀ ਮਹਾਰਾਜ ਨੇ ਤਾਂ ਕਿਤੇ ਗੱਲ ਨਹੀਂ ਕੀਤੀ ਇਸ ਇਦਾਂ ਦਾ ਜਿਹੜਾ ਹੁੱਲੜਬਾਜੀ ਆ ਇਹਨੂੰ ਹੁੱਲੜਬਾਜੀ ਦਾ ਹੀ ਆਪਾਂ ਨਾਂ ਦੇ ਸਕਦੇ ਹਾਂ। ਇੱਕ ਗੇੜੇ ਸਾਹਿਬ ਦੀ ਕਿਤਾਬ ਆ ਉਹ ਦੱਸਦੇ ਆ ਇਹ ਫਾਇਰ ਬਾਕਸ ਦੇ ਉੱਤੇ ਸਪੈਸ਼ਲ ਉਹਨਾਂ ਨੇ ਲਿਖੀ ਆ ਵੀ 1100 ਤੋਂ ਲੈ ਕੇ ਜਿਹੜੇ ਹੁਣ ਤੱਕ ਫਾਇਰ ਬਾਕਸ ਦੀ ਕੀ ਜਾਣੀ ਹਿਸਟਰੀ ਆ ਉਹ ਹਿਸਟਰੀ ਦੇ ਵਿੱਚ ਦੱਸਦੇ ਆ ਵੀ ਇਹ 1100 ਈਸਵੀ ਦੇ ਵਿੱਚ ਜਿਹੜੇ ਪਟਾਕੇ ਆ ਸ਼ੁਰੂ ਹੋਏ ਪਰ ਜਿਹੜੀ ਬਕਾਇਦਾ ਫੈਕਟਰੀ ਲੱਗੀ ਇਹ ਆ ਕੇ ਅੰਗਰੇਜ਼ਾਂ ਨੇ ਲਿਆਂਦੀ ਕਿਉਂਕਿ ਪਹਿਲਾਂ ਸਿਰਫ ਸ਼ਾਹੀ ਜਿਹੜੇ ਲੋਕ ਸੀਗੇ ਜਾਂ ਜਿਹੜੇ ਰਾਜੇ ਸੀ ਉਹਨਾਂ ਨੂੰ ਅਲਾਊਡ ਹੁੰਦੇ ਸੀ ਇਹ ਮਹਿੰਗੀਆਂ ਚੀਜ਼ਾਂ ਹੁੰਦੀਆਂ ਸੀ ਆਮ ਬੰਦੇ ਦੇ ਹੱਥ ਦੇ ਵਿੱਚ ਨਹੀਂ ਸੀ ਹੁੰਦਾ ਪੋਟਾਸ਼ੀਅਮ ਨਾਈਟ੍ਰੇਟ ਅਤੇ ਉਹ ਜਦੋਂ ਵਜਾਉਣੇ ਸ਼ੁਰੂ ਕਰ ਦਿੱਤੇ ਹੁਣ ਕਈ ਲੋਕ ਇਹ ਕਹਿ ਦਿੰਦੇ ਆ ਵੀ ਸਾਡਾ ਇਹ ਸੱਭਿਆਚਾਰ ਹੈ ਇਹ ਜਿਹੜੀ ਹੁੱਲੜਬਾਜੀ ਹੈ ਜਾਂ ਪਟਾਕੇ ਵਜਾਉਣੇ ਇਹ ਤਾਂ ਸਾਡਾ ਇਕੱਲੀ ਆਪਾਂ ਨਗਰ ਕੀਰਤਨ ਨੂੰ ਨਾ ਲਈਏ ਆਪਾਂ ਜੋ ਅਸੀਂ ਦੇਖਿਆ ਪਹਿਲਾਂ ਸਿਰਫ ਦੀਵਾਲੀ ਦੇ ਉੱਤੇ ਪਟਾਕੇ ਵਜਾਏ ਜਾਂਦੇ ਸੀ ਤੁਸੀਂ ਵੀ ਇੱਦਾਂ ਹੀ ਦੇਖਿਆ ਹੋਣਾ। ਇਹ ਜਿਹੜਾ ਟ੍ਰੈਂਡ ਚੱਲਿਆ ਜਿੱਦਾਂ ਭਾਜੀ ਹੁਣਾਂ ਜ਼ਿਕਰ ਵੀ ਕੀਤਾ ਕਿ ਜਿਹੜਾ ਇਹ ਕੋਈ 10 ਕੁ ਸਾਲ ਤੋਂ ਹੀ ਹੋਇਆ ਕਿ ਅਸੀਂ ਆਪਣੇ ਜਨਮ ਦਿਨ ਦੇ ਉੱਤੇ ਵੀ ਪਟਾਕੇ ਵਜਾਉਣੇ ਸ਼ੁਰੂ ਕਰਤੇ ਅਸੀਂ ਵਿਆਹਾਂ ਦੇ ਉੱਤੇ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਫਿਰ ਸਭ ਤੋਂ ਹੱਦ ਹੋ ਗਏ ਜਦੋਂ ਅਸੀਂ ਨਗਰ ਕੀਰਤਨ ਦੇ ਉੱਤੇ ਵੀ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਇਹਨੂੰ ਇੱਕ ਸੱਭਿਆਚਾਰ ਅਖੌਤੀ ਸੱਭਿਆਚਾਰ ਬਣਾ ਲਿਆ। ਜੇ ਅਸੀਂ ਦੇਖੀਏ 15 ਸਾਲ ਪਹਿਲਾਂ ਕਿਤੇ ਨਗਰ ਕੀਰਤਨ 'ਚ ਇੱਦਾਂ ਦੀ ਗੱਲ ਹੀ ਨਹੀਂ ਸੀ ਹੁੰਦੀ ਨਗਰ ਕੀਰਤਨ ਤਾਂ ਸਿਰਫ ਇਹ ਹੁੰਦਾ ਸੀ ਕਿ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਇਹ ਤੁਸੀਂ ਦੇਖਿਆ ਹੋਣਾ ਬਿਲਕੁਲ ਕਿਉਂਕਿ ਉਸ ਵੇਲੇ ਸਾਧਨ ਨਹੀਂ ਹੁੰਦੇ ਸੀ ਪਹਿਲੀਆਂ ਦੇ ਵਿੱਚ ਕਿ ਅਸੀਂ ਮੀਡੀਆ ਅੱਜ ਤੁਸੀਂ ਕੋਈ ਵੀ ਕੰਮ ਕਰਨਾ ਸੋਸ਼ਲੀ ਤੁਸੀਂ ਮੀਡੀਆ ਉੱਤੇ ਪਾ ਦਿਓ ਵੀ ਪਰਸੋਂ ਨੂੰ ਗੁਰਪੁਰਬ ਗਿਆ ਉਹ ਸਾਰਿਆਂ ਤੱਕ ਗੱਲ ਪਹੁੰਚ ਜਾਣੀ ਹੈ। ਨਗਰ ਕੀਰਤਨ ਦਾ ਮਕਸਦ ਇਹ ਹੁੰਦਾ ਸੀ ਕਿ ਲੋਕਾਂ ਤੱਕ ਪਹੁੰਚਾਇਆ ਜਾਵੇ ਵੀ ਲੋਕਾਂ ਨੂੰ ਦੱਸਿਆ ਜਾਵੇ ਵੀ ਗੁਰਪੁਰਬ ਆ ਕੱਲ ਨੂੰ ਜਾਂ ਪਰਸੋਂ ਨੂੰ ਕਿ ਉਹਦੇ ਨਾਲ ਕੀ ਹੁੰਦਾ ਵੀ ਉਹ ਘੁੰਮ ਕੇ ਨਾਲ ਉਹਨਾਂ ਨੇ ਸ਼ਬਦ ਗੁਰਬਾਣੀ ਦਾ ਪਾਠ ਕਰਨਾ ਤੇ ਨਾਲ ਲੋਕਾਂ ਨੂੰ ਨਾਲ ਦੇ ਪਿੰਡਾਂ ਦੇ ਵਿੱਚ ਜਿੱਥੇ ਤੱਕ ਉਹਨਾਂ ਦਾ ਜਾ ਹੋਣਾ ਤੇ ਉਹਨਾਂ ਨੇ ਇੱਕ ਸਿੰਪਲ ਜਿਹੀ ਚੀਜ਼ ਦੇ ਵਿੱਚ ਜਾਣਾ ਤੇ ਜਾ ਕੇ ਉਹਨਾਂ ਨੂੰ ਦੱਸਿਆ ਨਾ ਵੀ ਜਿਹੜਾ ਗੁਰਪੁਰਬ ਆ ਸਾਡੇ ਉਹ ਫਿਰ ਅੱਗੇ ਉਹਨਾਂ ਨੇ ਵੀ ਕੀ ਕਰਨਾ ਜਿੰਨਾ ਕੁ ਰੁੱਖੀ ਸੁੱਖੀ ਹੁੰਦੀ ਸੀ ਉਹਨਾਂ ਨੇ ਰੋਟੀ ਖਿਲਾ ਦੇਣੀ ਕਿਸੇ ਨੇ ਚਾਹ ਪਿਲਾ ਦਿੱਤੀ। ਹੁਣ ਕੀ ਹੋਇਆ ਕਿ ਹੁਣ ਅਸੀਂ ਉਹ ਨਗਰ ਕੀਰਤਨ ਨੂੰ ਇੱਕ ਪਖੰਡ ਬਣਾ ਲਿਆ ਪਰ ਹੋ ਸਕਦਾ ਕਿਸੇ ਨੂੰ ਇਹ ਗੱਲ ਮਾੜੀ ਲੱਗੇ ਅਸੀਂ ਅੱਗੇ ਅੱਗੇ ਉਹਨੂੰ ਅਪਡੇਟ ਕਰਦੇ ਰਹੇ ਅਸੀਂ ਅਪਡੇਟ ਕਰਦੇ ਕਰਦੇ ਨੋ ਡਾਊਟ ਬਹੁਤ ਵਧੀਆ ਗੱਲ ਆ ਮਨਾਉਣੇ ਚਾਹੀਦੇ ਆ ਨਗਰ ਕੀਰਤਨ ਇਹ ਜਿਹਨਾਂ ਦੀਆਂ ਧਾਰਮਿਕ ਭਾਵਨਾਵਾਂ ਹੈਗੀਆਂ ਕਰੋ ਪਰ ਨਾਲ ਦੀ ਨਾਲ ਇਹਦੇ ਕੋਈ ਅਸੂਲ ਹੋਣੇ ਚਾਹੀਦੇ ਆ। ਹੁਣ ਜਿਹੜੇ ਬੱਚੇ ਆ ਤੁਸੀਂ ਬੱਚਿਆਂ ਨੂੰ ਇੰਨਾ ਧਮਾਕੇ ਖੇਜ ਫੜਾਈ ਹੋਈ ਆ ਇੱਕ ਗੱਲ ਜਿਹੜੀ ਆਪਾਂ ਮਿਸਿੰਗ ਕਰਦੇ ਹਾਂ ਉਹ ਵੀ ਹਾਸਾ ਜੇ ਹੋਇਆ ਨਹੀਂ ਉਹ ਵੀ ਹੋ ਜਾਣਾ ਇੱਦਾਂ ਕਿ ਛੋਟੇ ਬੱਚੇ ਆ 6-7 ਸਾਲ ਦੇ ਜਾਂ 10 ਸਾਲ ਦੇ ਜਾਂ 12 ਸਾਲ ਦੇ ਉਹ ਤੁਸੀਂ ਦੇਖੋ ਵੀ ਟਰਾਲੀਆਂ ਚਲਾ ਰਹੇ ਜਾਂ ਟਰੈਕਟਰ ਚਲਾ ਰਹੇ ਉਹਨਾਂ ਨੂੰ ਇੱਕ ਸ਼ਾਨ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਵੀ ਸਾਡਾ ਮੁੰਡਾ ਦੇਖੋ ਵੀ ਟਰਾਲੀ ਚਲਾ ਰਿਹਾ ਨਗਰ ਕੀਰਤਨ ਦੇ ਵਿੱਚ ਉਹ ਬੱਚੇ ਨੂੰ ਪਤਾ ਨਹੀਂ ਉਹਨੂੰ ਬੱਚੇ ਨੂੰ ਕਿਤੇ ਵੇਲੇ ਵੀ ਅਣਗਹਿਲੀ ਹੋ ਸਕਦੀ ਆ ਹਨਾ ਤੁਸੀਂ ਹੋ ਸਕਦਾ ਖੇਤਾਂ ਦੇ ਵਿੱਚ ਉਹ ਚਲਾ ਲੈਂਦਾ ਹੋਵੇ ਖੇਤਾਂ ਵਿੱਚ ਲਾਉਣਾ ਅਤੇ ਇੱਕ ਸੜਕ ਦੇ ਉੱਤੇ ਚਲਾਉਣਾ ਇਹ ਵੀ ਇੱਕ ਡਿਫਰੈਂਟ ਹੈਗਾ ਅਸੀਂ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਿਲਕੁਲ ਛਿੱਕੇ ਢੰਗ ਦਿੰਦੇ ਹਾਂ ਅਸੀਂ ਉਹ ਚੀਜ਼ਾਂ ਨੂੰ ਦੇਖਦੇ ਨਹੀਂ ਅਤੇ ਇਹਦੇ ਪ੍ਰਭਾਵ ਜਿਹੜੇ ਅੱਗੇ ਪੈਂਦੇ ਆ। ਦੂਜੀ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੇ ਮੁਆਵਜ਼ਾ ਸਰਕਾਰਾਂ ਇਹ ਚਾਹੁੰਦੀਆਂ ਹੁੰਦੀਆਂ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਵੀ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣ ਤਾਂ ਕਿ ਉਹ ਜਿੱਦਾਂ ਮੈਂ ਇੱਕ ਟੀਚਰ ਸਾਡੇ ਫਰੈਂਡ ਸੀਗੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗਏ ਸੀ ਚੀਫ ਮਿਨਿਸਟਰ ਨੂੰ ਮਿਲਣ ਸਾਡੀਆਂ ਮੰਗਾਂ ਸੀ ਕੁਛ ਉਹ ਕਹਿੰਦੇ ਵੀ ਯਾਰ ਮੈਂ ਤਾਂ ਹੈਰਾਨ ਰਹਿ ਗਿਆ ਵੀ ਚੀਫ ਮਿਨਿਸਟਰ ਨੇ ਇਹ ਕਿਹਾ ਵੀ ਤੁਹਾਡੀਆਂ ਮੰਗਾਂ ਹੈਗੀਆਂ ਮੰਨਣਾ ਹੀ ਮੰਨਣੀਆਂ ਵੀ ਆ ਮੰਨਣ ਯੋਗ ਵੀ ਆ ਪਰ ਤੁਸੀਂ ਪਹਿਲਾਂ ਜਾ ਕੇ ਧਰਨੇ ਦਿਓ ਧਰਨੇ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਤੁਹਾਡੀ ਜਿਹੜੀ ਗੱਲ ਆ ਫਿਰ ਉਹ ਤੋਂ ਬਾਅਦ ਜਦੋਂ ਗੱਲ ਸਿਖਰ ਤੱਕ ਪਹੁੰਚ ਗਏ ਅਸੀਂ ਫਿਰ ਤੁਹਾਨੂੰ ਐਲਾਨ ਕਰਾਂਗੇ ਵੀ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਬਿਲਕੁਲ ਇਹ ਜਿਹੜਾ ਮੁਆਵਜ਼ਾ ਆ ਇੱਦਾਂ ਦੀਆਂ ਜਦੋਂ ਘਟਨਾਵਾਂ ਹੁੰਦੀਆਂ ਹੁਣ ਇਹ ਤਾਂ ਜਿਹੜਾ ਸਬਕ ਆ ਉਹ ਘਟਨਾ ਉਹ ਜਦੋਂ ਬਟਾਲੇ ਵਾਲੀ ਹੋਈ ਆ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਉਸ ਵੇਲੇ ਸਿੱਖ ਲੈਣਾ ਚਾਹੀਦਾ ਸੀ ਕਿ ਪੋਟਾਸ਼ੀਅਮ ਨਾਈਟ੍ਰੇਟ ਦੇਖੋ ਇਹ ਪੋਟਾਸ਼ੀਅਮ ਨਾਈਟ੍ਰੇਟ ਇਹਨੂੰ ਪੋਟਾਸ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖੇਤਾਂ ਵਿੱਚ ਹੀ ਪਾਈ ਜਾਂਦੀ ਆ ਇਹਦੇ ਸਹੀ ਰੂਪ ਵੀ ਹੈਗੇ ਆ ਜਦੋਂ ਅਸੀਂ ਜੇ ਇਹਨੂੰ ਵਰਤਣਾ ਆਉਂਦਾ ਹੋਵੇ ਪਰ ਜਿਹੜੀਆਂ ਚੀਜ਼ਾਂ ਦੇ ਉੱਤੇ ਰੋਕ ਹੋਣੀ ਚਾਹੀਦੀ ਉਹਦੇ ਉੱਤੇ ਸਰਕਾਰਾਂ ਨੇ ਕਦਮ ਹੀ ਕੋਈ ਨਹੀਂ ਚੱਕਿਆ ਫਿਰ ਆ ਕੁੜੀਆਂ ਦੇ ਉੱਤੇ ਤੇਜ਼ਾਬ ਐਸਿਡ ਸੁੱਟ ਕੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਪਤਾ ਆ ਸਾਰਿਆਂ ਨੂੰ
ਪਰ ਉਹਦੇ ਉੱਤੇ ਸਿੱਧਾ ਬੈਨ ਲਾਓ ਐਸਿਡ ਦੇ ਉੱਤੇ, ਪਰ ਤੁਸੀਂ ਜਿੱਥੋਂ ਮਰਜ਼ੀ ਜਾ ਕੇ ਇੱਕ ਈਜ਼ੀਲੀ ਅਵੇਲੇਬਲ ਹੈਗਾ ਜਾ ਕੇ ਜਿੱਥੋਂ ਮਰਜ਼ੀ ਐਸਿਡ ਲੈ ਲਓ, ਪੋਟਾਸ਼ੀਅਮ ਨਾਈਟ੍ਰੇਟ ਤੁਸੀਂ ਘਰ ਪਟਾਕੇ ਬਣਾ ਲਓ, ਆ ਜਿੱਦਾਂ ਤੁਸੀਂ ਦੱਸਿਆ ਕਿ ਉਹ ਹਥਿਆਰ ਘਰੇ ਹੀ ਬਣਾ ਕੇ ਜਿਹੜਾ ਕਰ ਰਹੇ ਆ। ਬੜੀ ਇਹ ਇੱਕ ਮੰਦਭਾਗੀ ਗੱਲ ਹੈਗੀ ਕਿ ਅਸੀਂ ਸਿੱਖ ਨਹੀਂ ਰਹੇ। ਉਹਨਾਂ ਨੇ ਇੱਕ ਤੋਪ ਦੀ ਰੂਪ ਦੇ ਵਿੱਚ, ਰਿਸ਼ਪਾਲ ਜੀ, ਇੱਕ ਵੱਡੀ ਸਾਰੀ ਤੋਪ ਬਣਾਈ ਹੋਈ ਸੀ ਜਿਹਦੇ ਵਿੱਚ ਉਹ ਬਰੂਦ ਉੱਤੇ ਰੱਖਦੇ ਸੀਗੇ ਤੇ ਪਟਾਕੇ ਦੇ ਰੂਪ ਚ ਚਲਾਉਂਦੇ ਸੀ, ਜਿੱਦਾਂ ਗੰਨ ਦਾ ਪਟਾਕਾ ਪੈਂਦਾ ਨਾ ਉਦਾਂ ਪੈਂਦਾ ਸੀ, ਜਿਵੇਂ ਪੁਰਾਣੀਆਂ ਤੋਪਾਂ ਆਉਂਦੀਆਂ ਸੀ ਨਾ ਉਹਦੇ ਚ ਬਰੂਦ ਭਰਦੇ ਸੀ ਫਿਰ ਅੱਗ ਲਾ ਕੇ ਉਹਨੂੰ ਚੜ ਦਿੰਦੇ ਸੀ। ਤੋਪ ਖਰਾਬ ਵੀ ਹੋ ਗਈ ਤੇ ਉਹ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਹਨੂੰ ਠੀਕ ਕਰਾ ਦੇ, ਬਿਲਡਿੰਗ ਦੇ ਕੋਲ ਵੀ ਗਏ ਉਹ ਦੇਖਣ ਕਿ ਹਾਂ ਸਾਨੂੰ ਕੋਈ ਬਿਲਡਰ ਮਿਲ ਜਾਵੇ, ਸ਼ਾਇਦ ਉਹਦੇ ਵਿੱਚ ਕ੍ਰੈਕ ਵਗੈਰਾ ਆਇਆ ਹੋਊਗਾ ਜਿਹੜਾ ਕਿਸੇ ਨੇ ਦੇਖਿਆ। ਪਰ ਸਾਡੇ ਪੰਜਾਬੀ ਦਾ ਇਹ ਸੁਭਾਅ ਆ ਉਹ ਲੈ ਕੀ ਹੋਣ ਲੱਗਾ ਯਾਰ, ਕੁਛ ਨਹੀਂ ਹੁੰਦਾ, ਤੂੰ ਚੱਕਦੇ ਕਰਦੇ ਆਰਾਮ ਦੇ ਨਾਲ। ਇਹੀ ਹੋਇਆ, ਅਸੀਂ ਹਮੇਸ਼ਾ ਹੋਣ ਤੋਂ ਬਾਅਦ ਸੋਚਦੇ ਹਾਂ, ਹੋਣ ਤੋਂ ਪਹਿਲਾਂ ਨਹੀਂ। ਦੂਸਰਾ ਤਾਂ ਸਰਕਾਰ ਦੀ ਤੁਸੀਂ ਗੱਲ ਕਰਦੇ ਸੀ, ਮੁਆਵਜ਼ੇ ਦੀ ਸਰਕਾਰ ਦੀ ਗੱਲ ਕਰਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਜਦੋਂ ਕਿ ਇਹੋ ਜਿਹਾ ਹਾਦਸਾ ਵਾਪਰਦਾ ਨਾ ਤਾਂ ਉਹਦੀ ਪ੍ਰੋਪਰ ਇਨਕੁਆਇਰੀ ਹੁੰਦੀ ਆ। ਬਿਲਕੁਲ, ਇਨਕੁਆਇਰੀ ਕਰਨ ਤੋਂ ਬਾਅਦ ਇਹ ਜੜ ਤੱਕ ਪਹੁੰਚਦੇ ਆ ਐਸਾ ਹੋਇਆ ਤਾਂ ਕਿਉਂ ਹੋਇਆ, ਫਿਰ ਉਹ ਇਹ ਦੇਖਦੇ ਕਿ ਇਸ ਨੂੰ ਗਾਂਹ ਵਾਸਤੇ ਕਿਵੇਂ ਸੋਧਿਆ ਜਾ ਸਕਦਾ, ਕਿਵੇਂ ਇਹੋ ਜਿਹੇ ਹਾਦਸੇ ਨੂੰ ਰੋਕਿਆ ਜਾ ਸਕਦਾ, ਤਾਂ ਫਿਰ ਉਹਦੇ ਉੱਤੇ ਉਹ ਪਾਲਣਾ ਕਰਦੇ ਉਹਦੀ ਉਹੋ ਜਿਹਾ ਰੂਲ ਅਤੇ ਰੈਗੂਲੇਸ਼ਨ ਨੂੰ ਲੈ ਕੇ ਆਉਂਦੇ ਆ ਤਾਂ ਕਿ ਮੁੜ ਕੇ ਇਹੋ ਜਿਹੀ ਘਟਨਾ ਕਰਨਾ ਵਾਪਰੇ ਨਾ। ਪਰ ਸਾਡੇ ਹਿੰਦੁਸਤਾਨ ਦੇ ਵਿੱਚ ਅੱਜ ਹੋਈ, ਤੀਜੇ ਚੌਥੇ ਦਿਨ ਚੇਤਾ ਭੁੱਲ ਗਿਆ, ਉਹ ਤੋਂ ਬਾਅਦ ਇਹੋ ਜਿਹੀ ਘਟਨਾ ਵਾਰ ਵਾਰ ਵਾਪਰੀ ਜਾਂਦੀ ਆ। ਹੁਣ 2018 ਦੇ ਵਿੱਚ ਦੁਸਹਿਰੇ ਵੇਲੇ ਜਦੋਂ ਮੈਂ ਜੋ ਗੱਡੀ ਦੀ ਲੈਣ ਦੇ ਉੱਤੇ ਕਿੰਨੇ ਲੋਕ ਸੀ, ਕਿੰਨੀਆਂ ਉਹ ਅਨਿਆਈ ਮੁਕਤਾਂ ਹੋਈਆਂ ਉਸ ਵੇਲੇ, ਅੱਜ ਕੋਈ ਯਾਦ ਕਰਦਾ ਉਹਨੂੰ? ਗੱਲ ਨਿਬੜ ਗਈ, ਕੋਈ ਇਨਕੁਆਇਰੀ ਬੈਠੀ, ਕਿਸੇ ਨੇ ਫੈਸਲਾ ਕੋਈ ਕੀਤਾ? ਹੁਣ ਕਹਿੰਦੇ ਸੀ ਵੀ ਸ਼ਾਇਦ ਉਹਨਾਂ ਨੂੰ ਕਿਹਾ ਆ ਵੀ ਗੱਡੀ ਦੇ ਉੱਥੇ ਦੁਸਹਿਰਾ ਨਾ ਲੱਗਣ ਦਿਓ। ਪਰ ਇਹ ਗੱਲਾਂ, ਕੁਝ ਗੱਲਾਂ ਹੁੰਦੀਆਂ ਕਿ ਸਾਨੂੰ ਉਹਨਾਂ ਬਾਰੇ ਪਹਿਲਾਂ ਸੋਚਣਾ ਚਾਹੀਦਾ, ਬਾਅਦ 'ਚ ਫਿਰ ਪਛਤਾਇਆ ਕਿਹਾ ਕਿ ਜਦੋਂ ਚਿੜੀਆਂ ਚੋਗੇ ਖੇਤ, ਹੈ ਨਾ, ਕਈ ਗੱਲਾਂ ਦਾ ਸਾਨੂੰ ਆਪਣੇ ਆਪ ਸੋਚਣਾ ਪਿਆ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਬਾਹਰ ਇੱਥੇ ਜਦੋਂ ਆਪਾਂ ਕੰਮ ਕਰਦੇ ਨਾ ਕਿਸੇ ਫੈਕਟਰੀ 'ਚੋਂ ਬਾਹਰ ਜਾਂਦੇ ਹਾਂ, ਪਹਿਲਾਂ ਤਾਂ ਫੈਕਟਰੀ ਦੇ ਵਿੱਚ ਮਾਲ ਤਿਆਰ ਹੁੰਦਾ, ਜਦੋਂ ਉਸ ਮਾਲ ਨੂੰ ਤੁਸੀਂ ਬਾਹਰ ਕਿਸੇ ਸਾਈਟ 'ਤੇ ਜਾ ਕੇ ਜਾਂ ਕਮਰਸ਼ੀਅਲ ਸਾਈਟ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਫਿੱਟ ਕਰਨਾ, ਚਾਹੇ ਉਹ ਹੈਂਡ ਰੇਲਾਂ ਆ, ਚਾਹੇ ਉਹ ਗੇਟ ਆ, ਚਾਹੇ ਉਹ ਵੱਡੀ ਵੱਡੀਆਂ ਇੰਡਸਟਰੀ ਦੀਆਂ ਫੈਕਟਰੀਆਂ ਆ, ਜਾਂ ਕੁਛ ਵੀ ਆ, ਬੀਮ ਵਗੈਰਾ ਸਟਰਕਚਰ ਮੈਟਲ ਆ, ਪਹਿਲਾਂ ਤੁਹਾਨੂੰ ਵਰਕ ਮੈਥਡ ਸਟੇਟਮੈਂਟ ਤੁਹਾਨੂੰ ਦੇਣੀ ਪੈਂਦੀ ਆ, ਤੁਸੀਂ ਆਹ ਕੰਮ ਇਸ ਤਰੀਕ ਨੂੰ ਕਰਨਾ, ਅਸੀਂ ਆਹ ਸਮਾਨ ਜਾਣਾ, ਇੱਦਾਂ ਇੱਦਾਂ ਅਸੀਂ ਉਹਨੂੰ ਲਾਉਣਾ ਆ, ਇੱਦਾਂ ਇੱਦਾਂ ਅਸੀਂ ਉਹਨੂੰ ਇਰੈਕਟ ਕਰਨਾ ਆ, ਆਹ ਆਹ ਸਾਡੇ ਬੰਦੇ ਨੇ, ਆਹ ਅਸੀਂ ਜੋ ਔਜ਼ਾਰ ਨੇ ਜਾਂ ਜਿਹੜੇ ਟੂਲਸ ਨੇ ਉਹ ਵਰਤਣੇ ਨੇ, ਔਰ ਉਹਨਾਂ ਦੀ ਸਾਰਿਆਂ ਦੀ ਜੋ ਹੁੰਦੀ ਆ ਐਕਸਪਾਇਰੀ ਡੇਟ ਵਗੈਰਾ ਸਾਰਾ ਕੁਛ ਲਿਖਿਆ ਹੁੰਦਾ, ਜੋ ਇਲੈਕਟ੍ਰੀਕਲ ਲੀਡਸ ਹੁੰਦੀਆਂ ਉਹ ਟੈਗ ਕੀਤੀਆਂ ਹੁੰਦੀਆਂ, 3 ਮਹੀਨੇ 'ਤੇ ਉਹਨਾਂ ਦੀ ਡੇਟ ਹੁੰਦੀ ਆ, ਇੱਕ ਸਿਸਟਮ ਦੇ ਨਾਲ ਸਿਸਟਮ ਚੱਲਦਾ ਉਹਨਾਂ ਦਾ। ਫਿਰ ਜਿਹੜੇ ਬੰਦੇ ਉੱਥੇ ਕੰਮ ਕਰਨ ਜਾਂਦੇ ਆ, ਪਹਿਲਾਂ ਤਾਂ ਉਹਨਾਂ ਨੂੰ ਜਨਰਲ ਇੰਡਕਸ਼ਨ ਇੰਡਸਟਰੀ ਇੰਡਕਸ਼ਨ ਦੇਣੀ ਪੈਂਦੀ ਆ, ਉਹਨੂੰ ਦੱਸਣਾ ਪੈਂਦਾ ਕਿ ਕੀ ਤੁਸੀਂ ਕਰ ਸਕਦੇ ਬਾਹਰ, ਕੀ ਨਹੀਂ ਕਰ ਸਕਦੇ। ਫਿਰ ਆਉਂਦੀ ਆ ਸਾਈਟ ਸਪੈਸੀਫਿਕ, ਜਿੱਥੇ ਤੁਸੀਂ ਜਾ ਕੇ ਕੰਮ ਕਰਨਾ ਨਾ, ਫਿਰ ਤੁਹਾਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਤੁਸੀਂ ਇੱਥੇ ਆਹ ਟੋਲਟਾਂ ਨੇ, ਇੱਥੇ ਆਹ ਬਿਜਲੀ ਆ, ਆਹ ਕੰਮ ਤੁਸੀਂ ਕਰ ਸਕਦੇ ਆ, ਆਹ ਤੁਸੀਂ ਕੰਮ ਨਹੀਂ ਕਰ ਸਕਦੇ। ਤੁਹਾਨੂੰ ਜਿਵੇਂ ਕਾਰ ਦੇ ਵਿੱਚ ਦੂਜਾ ਰੀਅਰ ਮਿਰਰ ਲੱਗਾ ਹੁੰਦਾ ਨਾ, ਪਿੱਛੇ ਤੁਹਾਨੂੰ ਸਭ ਕੁਝ ਦਿਖਦਾ ਹੁੰਦਾ, ਉਹ ਸਾਈਡ ਦੇ ਉੱਤੋਂ ਤੁਹਾਨੂੰ ਉਹ ਸਾਰਾ ਕੁਝ ਇੰਜ ਦਿਖਾ ਦਿੰਦੇ ਆ ਤਾਂ ਕਿ ਉਹ ਜਿਹੇ ਐਕਸੀਡੈਂਟ ਨਾ ਹੋਣ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਜੋ ਸਟੈਪ ਲੈਡਰਸ ਹੁੰਦੀਆਂ ਨੇ ਬੜੇ ਚਿਰ ਦੀਆਂ ਇੱਥੇ ਵਰਤ ਹੁੰਦੀਆਂ ਨੇ, ਹੁਣ ਉਹ ਸਾਈਟ ਦੇ ਉੱਤੇ ਬੰਦ ਕਰ ਦਿੱਤੀਆਂ ਗਈਆਂ ਨੇ, ਕਿ ਉਹਨਾਂ ਦੇ ਉੱਤੋਂ ਬੰਦੇ ਜੋ ਉੱਪਰ ਚੜ੍ਹ ਜਾਂਦੇ ਨੇ ਪੌੜੀ ਦੇ ਉੱਪਰ ਤੋਂ ਡਿੱਗ ਪੈਂਦੇ ਨੇ। ਹੁਣ ਉਹਨੂੰ ਕਹਿ ਦਿੱਤਾ ਕਿ ਤੁਹਾਨੂੰ ਪਲੈਟਫਾਰਮ ਵਾਲੀਆਂ ਲੈਡਰਸ ਲੈਣੀਆਂ ਪੈਣਗੀਆਂ, ਤੁਸੀਂ ਦੂਜੀ ਲੈਡਰ ਹੀ ਨਹੀਂ ਵਰਤ ਸਕਦੇ, 9 ਇੰਚ ਦਾ ਗ੍ਰਾਂਡਰ ਹੁੰਦਾ ਕੱਟਣ ਵਾਲਾ ਸਮਾਨ ਤੁਸੀਂ ਵਰਤ ਹੀ ਨਹੀਂ ਸਕਦੇ। ਇਹ ਹੈਗੀ ਆ ਜਿਹਨੂੰ ਕਹਿੰਦੇ ਆਪਣੇ ਪਰਹੇਜ਼ ਪੰਜਾਬੀ ਦੇ ਵਿੱਚ, ਸਾਰਾ ਕੁਛ ਪਹਿਲਾਂ ਕਰਨਾ ਬਾਅਦ 'ਚ ਨਹੀਂ, ਪਰ ਸਾਡੇ ਨਹੀਂ, ਸਾਡੇ ਪਹਿਲਾਂ ਤਾਂ ਕੀ ਕਰਨਾ, ਜਦੋਂ ਬਾਅਦ 'ਚ ਹਾਦਸਾ ਹੋ ਵੀ ਜਾਂਦਾ ਸਾਡੇ ਉਦੋਂ ਵੀ ਕੁਛ ਨਹੀਂ ਹੁੰਦਾ ਬਾਅਦ ਦੇ ਵਿੱਚ, ਔਰ ਇਹੀ ਸਾਡੀ ਬਦਕਿਸਮਤੀ ਆ ਜੀ। ਦਲਜੀਤ ਜੀ, ਜਿੱਦਾਂ ਰਿਸ਼ਪਾਲ ਜੀ ਨੇ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਸਿਸਟਮ ਨਹੀਂ ਹੈ ਕੋਈ ਵੀ, ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਨੂੰ ਇਹੋ ਜਿਹੇ ਰੂਲ ਰੈਗੂਲੇਸ਼ਨ ਬਣਾਉਣੇ ਚਾਹੀਦੇ ਨੇ ਕਿ ਇਨ ਫਿਊਚਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਹੋ ਜਿਹੀਆਂ ਘਟਨਾਵਾਂ ਤੋਂ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਕਿਸੇ ਦਾ ਕੁਛ ਨਹੀਂ ਜਾਣਾ, ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ, ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਚਲੇ ਗਏ, ਉਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਸੋ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ। ਜਿੱਦਾਂ ਤੁਸੀਂ ਗੱਲ ਕੀਤੀ ਕਿ ਉੱਥੇ ਰੂਲਸ ਰੈਗੂਲੇਸ਼ਨ ਜਿਹੜੇ ਹੋਣੇ ਚਾਹੀਦੇ ਆ,
ਸਾਡੇ ਲੋਕਾਂ ਦੇ ਵਿੱਚ ਬਹੁਤ ਲੋਕਾਂ ਨੂੰ ਪਤਾ ਨਹੀਂ, ਪਰ ਫਿਰ ਵੀ ਮੈਂ ਦੋਸਤਾਂ ਨੂੰ ਪਤਾ ਵੀ ਹੋਏਗਾ, ਮੈਂ ਦੱਸ ਦੇਵਾਂ ਕਿ ਉੱਥੇ ਰੂਲਸ ਰੈਗੂਲੇਸ਼ਨਸ ਬੜੇ ਹਾਰਡ ਆ, ਹਰ ਚੀਜ਼ ਦਾ ਉੱਥੇ ਲੋਅ ਬਣਿਆ ਹੋਇਆ। ਸਿਰਫ ਘਾਟ ਹੈਗੀ ਆ ਇੰਪਲੀਮੈਂਟੇਸ਼ਨ ਦੀ। ਜਿਹੜੀ ਤੁਸੀਂ ਗੱਲਾਂ ਭਾਅ ਜੀ ਉਹਨਾਂ ਨੇ ਕੀਤੀਆਂ ਕਿ ਜਿਹੜੀ ਕਿੱਦਾਂ ਤੁਸੀਂ ਚੀਜ਼ ਲੈ ਕੇ ਜਾਣੀ ਆ, ਕਿੱਦਾਂ ਤੁਸੀਂ ਚੀਜ਼ ਉਤਾਰਨੀ ਆ, ਹਰ ਚੀਜ਼ ਦਾ ਜਿਹੜਾ ਉੱਥੇ ਲੋਅ ਆ। ਪਰ ਇਹ ਆ ਕਿ ਜਿਹੜੇ ਬੰਦਿਆਂ ਨੇ ਅਪਲਾਈ ਕਰਨਾ, ਖਾਸ ਤੌਰ 'ਤੇ ਬਿਊਰੋਕਰੈਟ, ਬਿਊਰੋਕਰੈਟ ਕੀ ਕਰਦੇ ਆ ਉੱਥੇ ਕਿ ਕਰਪਟ ਨੇ ਉਹ। ਹੁਣ ਦੂਜੀ ਆਪਾਂ ਗੱਲ ਲਾ ਲਈਏ ਕਿ ਆ ਨਗਰ ਕੀਰਤਨ ਦੀ ਗੱਲ ਆ, ਹੁਣ ਪੁਲਿਸ ਵਾਲੇ ਵੀ ਉੱਥੇ ਹੀ ਆ ਜਿਨ੍ਹਾਂ ਨੇ ਪਾਲਣਾ ਕਰਾਉਣੀ ਆ, ਉਹਨਾਂ ਦੇ ਸਾਹਮਣੇ ਹੀ ਉਹ ਜਿਹੜੀ ਆ ਪਟਾਕੇ ਆ ਵੱਜ ਰਹੇ ਆ, ਤੁਸੀਂ ਉਹ ਵੀਡੀਓ ਵੀ ਦੇਖੀ ਹੋਣੀ ਆ। ਪੁਲਿਸ ਵਾਲੇ ਜਿਹੜੇ ਆ ਕਿਤੇ ਰੋਕ ਨਹੀਂ ਰਹੇ, ਕਿਉਂਕਿ ਉਹ ਜਿਹੜੇ ਪੁਲਿਸ ਵਾਲੇ ਵੀ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਰੂਲ ਹੈਗਾ ਆ। ਬਹੁਤ ਸਾਰੇ ਕਿਉਂਕਿ ਇੱਕ ਦੇਖੋ ਵਕੀਲ ਹੀ ਆ ਉੱਥੇ ਜਿਨ੍ਹਾਂ ਨੂੰ ਬਕਾਇਦਾ ਜਾਣਕਾਰੀ ਆ ਕਿਸੇ ਵੀ ਚੀਜ਼ ਦੇ ਲੋਅ ਬਾਰੇ, ਉਹ ਪੜ੍ਹਦੇ ਆ। ਬਾਕੀ ਜਿੰਨੇ ਬਿਊਰੋਕਰੈਟ ਦੇ ਵਿੱਚ ਆਉਂਦੇ ਆ ਉਹ ਜਦੋਂ ਘਟਨਾ ਵਾਪਰ ਜਾਂਦੀ ਆ ਉਦੋਂ ਹੀ ਉਹਦੇ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੰਦੇ ਆ। ਹੁਣ ਇੱਕ ਇਸ ਗੱਲੋਂ ਵੀ ਹੋ ਜਾਂਦਾ ਕਿ ਦੇਖੋ ਧਾਰਮਿਕ ਮਾਮਲਾ ਆ, ਜੇ ਅਸੀਂ ਕੁਛ ਕਿਹਾ ਕੱਲ ਨੂੰ ਇਹ ਇਤਰਾਜ਼ ਕਰਨਗੇ, ਸਾਡੀ ਗੱਲ ਦਾ ਮੁੱਦਾ ਬਣ ਜਾਣਾ ਆ, ਅਸੀਂ ਆਪਣੀ ਕਿਉਂ ਕਰਵਾਈਏ। ਫਿਰ ਦੂਜਾ ਹੈਗਾ ਪੋਲੀਟੀਕਲ ਪ੍ਰੈਸ਼ਰ, ਹਰ ਚੀਜ਼ ਦਾ ਜਿਹੜਾ ਆ ਉੱਪਰੋਂ MLA ਤੋਂ ਫੋਨ ਕਰਵਾ ਦਿੱਤਾ ਜੇ ਕੋਈ ਕਰਨਾ ਵੀ ਚਾਹੁੰਦਾ ਆ, ਉਹ ਬਿਊਰੋਕਰੈਟ ਇੰਨੇ ਪਰੇਸ਼ਾਨ ਹੋ ਜਾਂਦੇ ਆ, ਉਹ ਫਿਰ ਕਹਿ ਦਿੰਦੇ ਆ ਵੀ ਚਲੋ ਇੱਦਾਂ ਜਿੱਦਾਂ ਚੱਲਦਾ ਆ ਉੱਦਾਂ ਹੀ ਹੋਣ ਦਿਓ। ਹੁਣ ਤੁਸੀਂ ਦੇਖੋ ਲੇਬਰ ਲਾਅ ਜਿਹੜੇ ਆ ਉੱਥੇ ਸਾਰੇ ਬਣੇ ਹੋਏ ਆ, ਮੈਂ ਤਾਂ ਹੈਰਾਨ ਰਹੇਗਾ, ਮੈਂ ਉਹਦੇ 'ਤੇ ਬਕਾਇਦਾ ਸਟੱਡੀ ਕੀਤੀ ਵੀ ਕੀ ਉੱਥੇ ਹੈ ਹੀ ਨਹੀਂ ਕੁਛ, ਉੱਥੇ ਸਭ ਕੁਛ ਹੀ ਆ। ਪਰ ਉੱਥੇ ਇਹ ਆ ਕਿ ਜਦੋਂ ਉਹਦੀ ਇੰਪਲੀਮੈਂਟੇਸ਼ਨ ਹੋਣੀ ਹੁੰਦੀ ਆ ਉਦੋਂ ਆ ਕੇ ਸਾਰੀਆਂ ਜਿਹੜੇ ਲਾਅ ਆ ਉਹ ਛਿੱਕੇ ਟੰਗ ਦਿੱਤੇ ਜਾਂਦੇ ਆ ਜੀ। ਸੋ ਦਰਸ਼ਕੋ, ਅੱਜ ਵੇਲਾ ਹੋ ਰਿਹਾ ਸਾਡੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਪਰ ਜਾਂਦੇ ਜਾਂਦੇ ਦਿਲਜੀਤ ਸਿੰਘ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦੇ ਕਿ ਸਰਕਾਰਾਂ ਜਿਹੜੀਆਂ ਆ ਉਹੀ ਕੰਮ ਕਰਦੀਆਂ ਜੋ ਲੋਕ ਚਾਹੁੰਦੇ ਹੁੰਦੇ ਨੇ। ਲੋਕਾਂ ਨੂੰ ਹਰ ਚੀਜ਼ ਦਾ ਜਿਹੜਾ ਆ ਦਬਾਅ ਜਿਹੜਾ ਆ ਪਾਉਣਾ ਚਾਹੀਦਾ, ਅਤੇ ਸਾਨੂੰ ਭੁੱਲਣੀ ਨਹੀਂ ਚਾਹੀਦੀ ਕੋਈ ਵੀ ਘਟਨਾ ਹੋ ਜਾਂਦੀ ਆ। ਬਾਅਦ ਦੇ ਵਿੱਚ ਜਿਹਨਾਂ ਦੇ ਚਲੇ ਗਏ ਆ ਬੱਚੇ ਉਹਨਾਂ ਨੂੰ ਹੀ ਹਰ ਜਦੋਂ ਹੁਣ ਨਗਰ ਕੀਰਤਨ ਹੋਇਆ ਕਰਨਾ ਆ, ਚਾਹੇ 2 ਸਾਲਾਂ ਨੂੰ 3 ਸਾਲਾਂ ਨੂੰ ਜਦੋਂ ਵੀ ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਨੂੰ ਆਪਣੇ ਜਿਹੜੇ ਉਹ ਬੱਚੇ ਆ ਉਹ ਭੁੱਲਣੇ ਨਹੀਂ, ਉਹਨਾਂ ਨੂੰ ਵਾਰ ਵਾਰ ਚੇਤੇ ਆਉਣੇ ਆ ਕਿਤੇ ਵੀ ਉਹ ਚੀਜ਼ ਹੋ ਜਾਵੇ। ਬਾਕੀ ਅਸੀਂ ਸਾਰਿਆਂ ਨੇ ਭੁੱਲ ਜਾਣਾ, ਪਰ ਇਹਦੇ ਲਈ ਇਹ ਆ ਕਿ ਲੋਕ ਸਾਰੇ ਯਾਦ ਰੱਖਣ ਵੀ ਸਾਡੇ ਇਹ ਘਟਨਾ ਹੋਈ ਸੀ ਜਾਂ ਸਾਡੇ ਪੰਜਾਬ ਵਿੱਚ ਇਹ ਘਟਨਾ ਹੋਈ ਸੀ, ਤੁਹਾਨੂੰ ਕਿਤੇ ਲੱਗਦਾ ਹਾਂਜੀ ਸੇਧ ਲੈਣ, ਇਹ ਜਾਂ ਅਸੀਂ ਵੀ ਇਹ ਉਪਰਾਲੇ ਕਰੀਏ, ਸਾਨੂੰ ਲੱਗਦਾ ਅਸੀਂ NRI ਜਾਂਦੇ ਹਾਂ, NRI ਵੀ ਇਹਦੇ ਵਿੱਚ ਬਹੁਤ ਖਰਾਬ ਭੂਮਿਕਾ ਨਿਭਾਉਂਦੇ ਆ, ਕਿਉਂਕਿ ਇਹ 20,000 ਦੇ ਪਟਾਕੇ ਆ। ਜਿਹੜਾ ਬੰਦਾ ਉੱਥੇ ਕੰਮ ਕਰਦਾ ਆ ਉਹ 20,000 ਦੇ ਉੱਥੇ ਪਟਾਕੇ ਲੈ ਕੇ ਨਹੀਂ ਫੂਕਦਾ। ਜਿੰਨੇ ਵਿਆਹਾਂ ਦੇ ਵਿੱਚ ਜਿਹੜਾ ਇੱਦਾਂ ਦੀ ਹੁੱਲੜਬਾਜ਼ੀ ਸ਼ੁਰੂ ਕੀਤੀ ਹੈ NRI ਬੰਦਿਆਂ ਨੇ ਸ਼ੁਰੂ ਕੀਤੀ, ਬਾਹਰੋਂ ਪੈਸੇ ਲਿਜਾ ਕੇ ਉਹ ਫਿਰ ਖਰਚਣੇ ਹੁੰਦੇ ਆ, ਅਤੇ ਉਹਨਾਂ ਨੂੰ ਵੀ ਚਾਹੀਦਾ ਆ ਵੀ ਜੇ ਤੁਹਾਨੂੰ ਲੱਗਦਾ ਵੀ ਇੱਦਾਂ ਦਾ ਕੋਈ ਰੂਲ ਤੋੜਿਆ ਜਾ ਰਿਹਾ, ਇਹਨਾਂ ਨੂੰ ਬਕਾਇਦਾ ਉਸੇ ਵੇਲੇ ਕਹਿਣਾ ਚਾਹੀਦਾ ਆ ਵੀ ਅਸੀਂ ਦੇਖੋ ਆਹ ਚੀਜ਼ ਜਿਹੜੀ ਆ ਤੁਹਾਨੂੰ ਬੰਦ ਕਰਨੀ ਪੈਣੀ ਆ, ਜੇ ਤੁਸੀਂ ਇਹ ਚੀਜ਼ਾਂ ਬੰਦ ਕਰੋਗੇ ਤਾਂ ਫਿਰ ਹੀ ਅਸੀਂ ਤੁਹਾਡੀ ਹੈਲਪ ਜਿਹੜੀ ਆ ਕਰਾਂਗੇ। ਚਾਹੇ ਕਿਸੇ ਵੀ ਤਰ੍ਹਾਂ ਤੁਹਾਨੂੰ ਲੱਗਦਾ ਟਰੈਕਟਰ ਬੱਚਾ ਚਲਾਉਂਦਾ ਪਿਆ ਉਹਨੂੰ ਜਾ ਕੇ ਰੋਕ ਦਿਓ, ਤੁਸੀਂ ਪਟਾਕੇ ਇੱਦਾਂ ਵਜਾਉਂਦੇ ਪਏ ਉਹਨਾਂ ਨੂੰ ਕਹੋ ਵੀ ਦੇਖੋ ਇਹ ਜਿਹੜਾ ਕੰਮ ਆ ਬੰਦ ਹੋਣਾ ਚਾਹੀਦਾ। ਰਸ਼ਪਾਲ ਜੀ, ਤੁਸੀਂ ਸਾਡੇ ਦਰਸ਼ਕਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ? ਮੈਂ ਤਾਂ ਸੁਨੇਹਾ ਇਹ ਦੇਣਾ ਚਾਹੂੰਗਾ ਕਿ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦੀ ਵੀ ਕੋਈ ਜ਼ਿੰਮੇਵਾਰੀ ਆ ਜੀ। ਜਿੱਥੋਂ ਜਿੱਦਾਂ ਦਲਜੀਤ ਨੇ ਕਿਹਾ ਕਿ ਉਹਨਾਂ ਨੂੰ ਮੰਗਣਾ ਵੀ ਆਉਣਾ ਚਾਹੀਦਾ ਕਿ ਅਸੀਂ ਕੀ ਮੰਗਣਾ ਸਰਕਾਰ ਕੋਲੋਂ। ਕਈ ਵਾਰੀ ਫ੍ਰੀ ਬਿਜਲੀ ਦੇ ਦਿਓ ਜੀ, ਫਲਾਣੀ ਚੀਜ਼, ਉਹੋ ਜਿਹੀਆਂ ਮੰਗਾਂ ਅਸੀਂ ਮੰਗ ਲੈਂਦੇ ਹਾਂ, ਪਰ ਇਹ ਵੀ ਮੰਗਣਾ ਚਾਹੀਦਾ ਕਿ ਸਾਡੀ ਸੇਫਟੀ ਵਾਸਤੇ, ਬੱਚਿਆਂ ਵਾਸਤੇ, ਕਿ ਜਿਹੜਾ ਸਾਨੂੰ ਰੋਜ਼ ਦੇ ਰੋਜ਼ ਹੁਣ ਪੜ੍ਹਾਈ ਦਾ, ਪੰਜਾਬ ਦੇ ਵਿੱਚ ਪੜ੍ਹਾਈ ਖਤਮ ਹੋ ਚੁੱਕੀ ਆ, ਕਿਸੇ ਨੇ ਕੋਈ ਮੰਗ ਨਹੀਂ ਕੀਤੀ, ਸਿਸਟਮ ਖਰਾਬ ਹੋਇਆ ਪਿਆ, ਕੋਈ ਮੰਗ ਨਹੀਂ ਕਰਦਾ। ਸੋ ਮੈਂ ਇਹ ਕਹੂੰਗਾ ਕਿ ਨਾਲ ਦੀ ਨਾਲ ਸਾਡੀ ਆਪਣੀ ਜ਼ਿੰਮੇਵਾਰੀ ਅਸੀਂ ਮੰਗਣਾ ਕੀ ਆ, ਅਤੇ ਨਾਲ ਦੇ ਨਾਲ ਸਾਡੀ ਆਪਣੀ ਜ਼ਿੰਮੇਵਾਰੀ ਕਿ ਅਸੀਂ ਵੀ ਬੱਚਿਆਂ ਨੂੰ ਟ੍ਰੇਨਿੰਗ ਦਈਏ, ਹਰ ਕੰਮ ਅਸੀਂ ਸਰਕਾਰ 'ਤੇ ਨਹੀਂ ਛੱਡ ਸਕਦੇ, ਇਹ ਬਹੁਤ ਜ਼ਰੂਰੀ ਆ। ਸੋ ਮੈਂ ਇਹ ਬੇਨਤੀ ਕਰਾਂਗਾ ਸਾਡੇ ਦਰਸ਼ਕਾਂ ਨੂੰ ਕਿ ਆਪ ਵੀ ਹੰਭਲਾ ਮਾਰੋ, ਆਪ ਵੀ ਸਿੱਖੋ, ਅਤੇ ਆਪ ਵੀ ਆਪਣੇ ਬੱਚਿਆਂ ਨੂੰ ਇਸ ਗੱਲਾਂ ਤੋਂ ਜਾਣੂ ਕਰਾਓ ਕਿ ਇਹ ਚੀਜ਼ਾਂ ਜਿਹੜੀਆਂ ਨੇ ਖਤਰਨਾਕ ਸਾਬਤ ਹੋ ਸਕਦੀਆਂ ਨੇ, ਤੁਹਾਡੀ ਇੱਕ ਨਿੱਕੀ ਜਿਹੀ ਗਲਤੀ ਬਹੁਤ ਵੱਡਾ ਹਾਦਸਾ ਪੈਦਾ ਕਰ ਸਕਦੀ ਆ। ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਜਾਂ ਤੁਹਾਡਾ ਜੋ ਬਾਕੀ ਦਾ ਪਰਿਵਾਰ ਪਿੱਛੇ ਰਹਿੰਦਾ, ਉਹਨਾਂ ਦਾ ਜਿਹੜਾ ਵੀ ਮਾਹੌਲ ਹੋ ਸਕਦਾ ਜੀ। ਸੋ ਦਰਸ਼ਕੋ, ਇਹ ਸਨ ਰਸ਼ਪਾਲ ਸਿੰਘ ਜੀ ਅਤੇ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਚਰਚਾ ਕੀਤੀ। ਬਿਲਕੁਲ ਅੱਜ ਦਾ ਜਿਹੜਾ ਮੁੱਦਾ ਸੀਗਾ ਬਹੁਤ ਹੀ ਭਖਿਆ ਹੋਇਆ ਮੁੱਦਾ ਸੀ, ਅਤੇ ਜਿਵੇਂ ਕਿ ਦੋਨਾਂ ਵਿਦਵਾਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਵਿੱਚ ਸਰਕਾਰ ਦਾ ਹੀ ਰੋਲ ਨਹੀਂ, ਬਲਕਿ ਸਾਨੂੰ ਆਪਣੇ ਬੱਚਿਆਂ ਨੂੰ ਆਪ ਵੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਵਾਪਰੇ। ਸੋ ਸਮਾਂ ਹੋ ਚੱਲਿਆ ਜੀ ਸਾਡੇ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਸੋ ਇਜਾਜ਼ਤ ਦਿਓ, ਧੰਨਵਾਦ।